पिछले दिनी हरीके पत्तन बंगाली वाले पुल उत्ते एक रोस धरना लगा सी, जिस विच वक्ख वक्ख सिख जथेबंदियां ते सिख आगू मौजूद सन अते सूबा सरकार वलों भारी पैरा मिलिट्री फोर्स नाल इस मोर्चे उत्ते कार्रवाई की गई सी अते इस नूं चुकवा दिता गया सी। नाल दी नाल 63 जणियां उत्ते कई होर धारावां तहत परचे भी दर्ज किए सन। इसी घटनाक्रम तो बाद सामने आए वीडियो विच कई गड्डियां दी भन्नतोड़ किए जाण दी गल भी सामने आई सी। इस संबंधी श्री अकाल तख्त साहब वालों साबका जथेदार सिंह साहब ज्ञानी जसवीर सिंह जी रोडे अते श्रोमणी कमेटी वालों भगवंत सिंह सियालका ते संत चरणजीत सिंह जसोवाल समेत जथे ने गुरद्वारा साहब विखे पहुँच के धरने विच शामिल संगतां दीआं समस्यावां सुणियां। नाल दी नाल उन्हां वल्लों SSP फिरोज़पुर नाल भी मुलाकात की गई। इस गल्लबात दौरान गिरफ़्तार किए गए सारे सिंघां नूं छड्डण लई कहा गया अते इस उपरंत दस्सिया जांदा कि सारे सिंघ अते गड्डियां पुलिस ने छड्ड दित्तियां ने। इस तों इलावा 15 सिंघ हाले भी पुलिस की गिरफ्त विच ने अते उन्हां नूं छडाउण संबंधी भी कानूनी चाराजोई चल रही है। इन्नी गल सी कि मैं G20 दे सॉरी आ जिहड़ा नाटो देशां दे विच ਤੁਸੀਂ ਮੇਰੇ ਗਵਾਂਢੀ ਮੇਰੇ ਗੁਰੂਆਂ ਤੇ ਬੈਠਾ, ਤੁਸੀਂ ਇੱਥੇ ਆਣ ਕੇ ਇਹਨੂੰ ਸ਼ਾਮਿਲ ਨਾ ਕਰੋ, ਮੇਰਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਪਰ ਉਹਨਾਂ ਨੇ ਜਿਹੜਾ ਇਹ ਅਮਰੀਕਾ ਜਾਂ ਦੂਸਰੇ ਜਿਹੜੀਆਂ ਹੈਗੀਆਂ ਨੇ ਤਾਕਤਾਂ, ਉਹਨਾਂ ਨੇ ਉੱਥੇ ਆਪਣਾ ਉਹਨੂੰ ਸ਼ਾਮਿਲ ਕੀਤਾ ਅਤੇ ਉਹਦੇ ਕਰਕੇ ਇਹ ਏਡਾ ਵੱਡਾ ਇੱਕ ਸੰਸਾਰ ਦੇ ਸੰਕਟ ਆਉਣ ਵਾਲੀ ਗੱਲ ਬਣੀ ਸੀ। ਪਰ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਵੀ ਆਪਣੀ ਕੌਮ ਨਾਲ ਖਲੋਣਾ ਚਾਹੀਦਾ, ਆਪਣੇ ਸੂਬੇ ਦੇ ਲੋਕਾਂ ਨਾਲ ਖਲੋਣਾ ਚਾਹੀਦਾ, ਆਪਣੀ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ, ਆਪਣੇ ਘਰ 'ਚ ਰਹਿਣਾ ਚਾਹੀਦਾ, ਨਾ ਕਿ ਕਿਸੇ ਨੂੰ ਫਾਇਦਾ ਦੇਣ ਵਾਸਤੇ ਜਿਹੜਾ ਨਾ ਆ ਜਸਟੀਫਾਈ ਕਰਨ ਵਾਸਤੇ NSA ਨੂੰ ਉਹ ਜਿਹੜੇ ਪੰਜਾਬ ਦੇ ਹਾਲਾਤਾਂ ਨੂੰ ਇੰਨਾ ਖਰਾਬ ਵਿਖਾ ਲੈਣਾ, ਉਹ ਬੜੀ ਉਹਦੇ ਲਈ ਨਿਕੰਮੀ ਅਤੇ ਸ਼ਰਮ ਵਾਲੀ ਗੱਲ ਹੈ। ਤੁਹਾਨੂੰ ਆ ਜਿਹੜੇ ਕੇਸ ਨੇ ਇਹ ਉਹਨੂੰ ਹਦਾਇਤ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ, SSP ਨੂੰ, ਫਿਰੋਜ਼ਪੁਰ ਨੂੰ, ਵੀ ਇਸ ਕੇਸ ਨੂੰ ਖਤਮ ਕੀਤਾ ਜਾਵੇ। ਇਸ ਤਰ੍ਹਾਂ ਜਿਹੜੇ ਅੰਮ੍ਰਿਤਸਰ ਅਤੇ ਆਪਣਾ ਅੰਮ੍ਰਿਤਸਰ ਦੇ ਵਿੱਚ ਕੇਸ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ। 24 ਘੰਟੇ ਦਾ ਅਲਟੀਮੇਟਮ ਇਹ ਨਹੀਂ ਵੀ ਜੱਟ ਮੁਸ਼ਤ ਉਸੇ ਵੇਲੇ ਜਿਹੜਾ ਉਹ ਜਿਹੜੀਆਂ ਉਹ ਵਹੀਰਾਂ ਤੋੜ ਲਈਆਂ ਜਾਣਗੀਆਂ, ਉਹਦੇ ਤੋਂ ਬਾਅਦ ਕੁਝ ਲਿਸਟ ਉਹਨਾਂ ਨੇ ਕਿਹਾ ਵੀ ਆ ਵੀ ਅਸੀਂ ਆਹ ਬੰਦੇ ਇਹਨੇ ਛੱਡ ਚੁੱਕੇ ਹਾਂ। ਪਰ ਮੇਰਾ ਖਿਆਲ ਹੈ ਉਹ ਲਿਸਟ ਅਜੇ ਤੱਕ ਉਹਨਾਂ ਪਬਲਿਕ ਨਹੀਂ ਕੀਤੀ ਕੋਈ ਮੀਡੀਆ ਦੇ ਵਿੱਚ, ਫੜੇ ਕਿੰਨੇ ਅਤੇ ਛੱਡੇ ਕਿੰਨੇ। ਪਰ ਜਿੰਨੇ ਕੁ ਮੇਰੀ ਜਾਣਕਾਰੀ 'ਚ ਆ, ਜਿਵੇਂ 15 ਸਿੰਘ ਇੱਥੇ ਗ੍ਰਿਫਤਾਰ ਨੇ, ਇਸ ਤਰ੍ਹਾਂ 29 ਦੇ ਕਰੀਬ ਜਿਹੜਾ ਵਾ ਉਹ 8 ਉੱਥੇ ਨੇ ਡਿਬਰੂਗੜ੍ਹ, ਅਤੇ ਜਿਹੜਾ 21 ਸਿੰਘ ਜਿਹੜੇ ਆ ਉਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਜਿਹੜੇ ਉਹ ਇਸ ਵੇਲੇ ਗ੍ਰਿਫਤਾਰ ਨੇ ਵੱਖ ਵੱਖ FIR ਦੇ ਵਿੱਚ। ਉਹ ਇੰਨੇ ਕੁ ਸਾਡੇ ਸਾਹਮਣੇ, ਬਾਕੀ ਜੇ ਕੋਈ ਉਹਨਾਂ ਨੇ ਰਿਲੀਜ਼ ਕੀਤੇ ਦੱਸਣ ਕਿਹੜੇ ਕੀਤੇ। ਅਸੀਂ ਜਿਹੜਾ ਉਹਦੇ ਸੰਬੰਧ ਵਿੱਚ ਜਿਹੜੀ ਅੰਮ੍ਰਿਤਸਰ ਵਿਖੇ ਦੀ ਕਾਰਵਾਈ ਆਰੰਭ ਕਰ ਦਿੱਤੀ ਆ। ਪਰ ਕਿਉਂਕਿ ਹਰ ਬੇਲ ਦੇ ਨਾਲ ਜਦੋਂ ਤੁਸੀਂ ਜ਼ਮਾਨਤ ਲਾਉਂਦੇ ਜੇ, ਪਹਿਲੀ ਗੱਲ ਤਾਂ ਪ੍ਰਸ਼ਾਸਨ ਨੂੰ ਆਪਣੇ ਆਪ ਹੀ ਖਾਰਜ ਕਰਨੀ ਚਾਹੀਦੀ ਹੈ FIR, ਕਿੱਡੇ ਵੱਡੇ ਜੁਰਮ ਨਹੀਂ ਹੈਗੇ। ਪਰ ਜੇ ਆਪਾਂ ਲੀਗਲੀ ਜਾਂਦੇ ਹਾਂ ਅਤੇ ਹਰ ਜਦੋਂ ਜ਼ਮਾਨਤ ਲਾਈ ਜਾਂਦੀ ਉਹਦੇ ਨਾਲ ਉਹ ਜਿਹਦੀ ਜ਼ਮਾਨਤ ਲੱਗਣੀ ਉਹਦੇ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਦਾ ਇੱਕ ਐਫੀਡੇਵਿਟ ਲੱਗਣਾ ਹੁੰਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਦੀ ਇਹ ਜ਼ਮਾਨਤ ਜਿਹੜੀ ਲਾਈ ਹੋਈ ਹੈ, ਇਹ ਪਹਿਲੀ ਆ ਜਾਂ ਦੂਸਰੀ ਆ ਜਾਂ ਤੀਸਰੀ ਆ, ਉਹ ਜਿਹੜਾ ਕੁਝ ਸਾਡੇ ਕੋਲ ਐਫੀਡੇਵਿਟ ਆਏ ਨੇ। ਬਾਕੀ ਉਹਨੂੰ ਬੇਨਤੀ ਕਰਦੇ ਹਾਂ ਕਿ ਉਹ ਜਿਹੜਾ ਵਾ ਅੰਮ੍ਰਿਤਸਰ ਆਣ ਕੇ ਅਤੇ ਆਪਣੇ ਜਿਹੜਾ ਐਫੀਡੇਵਿਟ ਸਾਨੂੰ ਦੇ ਜਾਣਾ, ਅਸੀਂ ਉਹਦੀ ਜਿਹੜੀ ਆ ਉਹ ਕਾਰਵਾਈ ਤੇਜ਼ੀ ਨਾਲ ਕਰ ਸਕੀਏ। ਜਿਹੜੇ ਸਿੰਘ ਬਾਹਰ ਨੇ ਅਜੇ ਜਿਨ੍ਹਾਂ ਨੂੰ ਨਹੀਂ ਕਾਬੂ ਆ, ਉਹਨਾਂ ਦੇ ਸੰਬੰਧ ਵਿੱਚ ਜਿਹੜੇ ਹਾਈ ਕੋਰਟ ਨੇ ਅਸੀਂ ਜਿਹੜੇ ਉਹ ਕਾਗਜ਼ ਭੇਜ, ਆਪਣਾ ਇਹ ਪ੍ਰਸ਼ਾਸਨ ਦੀ ਜਿਹੜੀ ਆ ਇਹਦਾ ਪ੍ਰੈਰੋਗੇਟਿਵ ਹੁੰਦਾ, ਇਹਦੇ ਕੋਲ ਅਧਿਕਾਰ ਹੁੰਦਾ ਕਿ ਇਹ ਆਪਣੇ ਆਪ ਇੱਕ ਪਰਚਾ ਖਤਮ ਕਰ ਸਕਦੇ ਆ। ਆਪਣੇ ਕੋਲ ਬੜਾ ਵੱਡਾ ਹੈਗਾ ਜੋਧਪੁਰ ਵਾਲੇ ਕੇਸਾਂ ਦੇ ਵਿੱਚ ਸਰਕਾਰ ਨੇ ਉਹ ਕੇਸ ਵਾਪਸ ਲਏ, ਹਾਲਾਂਕਿ ਉਹ ਜਿਹੜਾ ਮਿਊਟਨੀ ਦਾ ਕੇਸ, ਬਗਾਵਤ ਦਾ ਕੇਸ, ਉਹ ਜਿਹੜਾ ਵਾਪਸ ਲਿਆ, ਜਦੋਂ ਮਰਜ਼ੀ ਸਰਕਾਰ ਵਾਪਸ ਲੈ ਸਕਦੀ ਹੈ, ਇਨਕੁਆਇਰੀ ਦੇ ਵਿੱਚ ਖਾਰਜ ਕੀਤੇ ਜਾ ਸਕਦੇ।